ਬੱਚਿਓ, ਕੱਲ ਸਾਡੇ ਸਕੂਲ ਵਿੱਚ ਕੁਝ ਵਿਸ਼ੇਸ਼ ਮਹਿਮਾਨ ਆ ਰਹੇ ਹਨ। ਉਹਨਾਂ ਦੇ ਸਵਾਗਤ ਲਈ ਅਸੀਂ ਇਹਨਾਂ ਫੁੱਲਾਂ ਦੀਆਂ ਮਾਲਾ ਤਿਆਰ ਕਰਨੀਆਂ ਹਨ। ਬੱਚਿਓ, ਟੋਕਰੀ ਵਿੱਚ ਕੁੱਲ 150 ਫੁੱਲ ਹਨ। ਇਹਨਾਂ ਤੋਂ ਅਸੀਂ 25-25 ਫੁੱਲਾਂ ਦੀਆਂ ਮਾਲਾ ਤਿਆਰ ਕਰਨੀਆਂ ਹਨ। ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਵਿੱਚੋਂ ਇਹ ਮਾਲਾਵਾਂ ਕੌਣ ਬਣਾਏਗਾ? ਮੈਂ ਬਣਾਵਾਂਗਾ ਜੀ। ਸ਼ਾਬਾਸ਼ ਬੇਟਾ, ਹੁਣ ਪ੍ਰਭਲੀਨ ਅੱਗੇ ਆਏਗੀ ਅਤੇ ਟੋਕਰੀ ਵਿੱਚੋਂ 25 ਫੁੱਲ ਲੈ ਕੇ ਮਾਲਾ ਬਣਾਵੇਗੀ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲਾਂ, ਸਤਾਰਾਂ, ਅਠਾਰਾਂ, ਉੱਨੀ, ਵੀਹ, ਇੱਕੀ, ਬਾਈ, ਤੇਈ, ਚੌਵੀ, ਪੱਚੀ। ਸ਼ਾਬਾਸ਼ ਪ੍ਰਭਲੀਨ। ਬੱਚਿਓ, ਹੁਣ ਤੁਸੀਂ ਦੱਸੋ ਕਿ ਟੋਕਰੀ ਵਿੱਚ ਕਿੰਨੇ ਫੁੱਲ ਰਹਿ ਗਏ ਹਨ? 125 ਸਰ। ਸ਼ਾਬਾਸ਼ ਸਿਮਰ। ਹੁਣ ਸਿਮਰ ਪੁੱਤਰ, ਤੁਸੀਂ ਮਾਲਾ ਬਣਾਉਣ ਲਈ 25 ਫੁੱਲ ਲੈ ਲਓ। 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25। ਜਸਕਰਨ ਬੇਟਾ, ਹੁਣ ਤੁਸੀਂ ਦੱਸੋ ਕਿ ਟੋਕਰੀ ਵਿੱਚ ਕਿੰਨੇ ਫੁੱਲ ਰਹਿ ਗਏ ਹਨ? ਸਰ, 100 ਫੁੱਲ ਰਹਿ ਗਏ ਹਨ। ਬਿਲਕੁਲ ਠੀਕ ਜਸਕਰਨ। ਹੁਣ ਤੁਸੀਂ 25 ਫੁੱਲ ਮਾਲਾ ਬਣਾਉਣ ਲਈ ਲਵੋ। 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25। ਹੁਣ ਦੱਸੋ ਕਿ ਕਿੰਨੇ ਫੁੱਲ ਰਹਿ ਗਏ ਹਨ? ਸਰ, ਹੁਣ 75 ਫੁੱਲ ਰਹਿ ਗਏ ਹਨ। ਸ਼ਾਬਾਸ਼ ਰੋਜ਼ੀ ਬੇਟਾ, ਹੁਣ ਤੁਸੀਂ ਫੁੱਲ ਲੈ ਲਵੋ। 1, 2, 3, 4, 5, 6, 7, 8, 9, 10, 11, 12,
19, 20, 21, 22, 23, 24, 25। ਠੀਕ ਹੈ ਬੇਟਾ। ਬੱਚਿਓ ਹੁਣ ਤੁਸੀਂ ਦੱਸੋ ਕਿ ਟੋਕਰੀ ਵਿੱਚ ਕਿੰਨੇ ਫੁੱਲ ਬਾਕੀ ਰਹਿ ਗਏ ਹਨ? ਸਰ 50 ਫੁੱਲ ਰਹਿ ਗਏ ਹਨ। ਮਨਕਰਨ ਬੇਟਾ ਤੁਸੀਂ ਵੀ ਫੁੱਲ ਲੈ ਲਵੋ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲਾਂ, ਸਤਾਰਾਂ, ਅਠਾਰਾਂ, ਉੱਨੀ, ਵੀਹ, ਇੱਕੀ, ਬਾਈ, ਤੇਈ, ਚੌਵੀ, ਪੱਚੀ। ਪ੍ਰਭਜੋਤ ਬੇਟਾ ਹੁਣ ਤੁਸੀਂ ਦੱਸੋ ਕਿ ਟੋਕਰੀ ਵਿੱਚ ਕਿੰਨੇ ਫੁੱਲ ਰਹਿ ਗਏ ਹਨ? ਸਰ ਹੁਣ ਟੋਕਰੀ ਵਿੱਚ 25 ਫੁੱਲ ਰਹਿ ਗਏ ਹਨ। ਸ਼ਾਬਾਸ਼ ਪ੍ਰਭਜੋਤ, ਹੁਣ ਤੁਸੀਂ ਮਾਲਾ ਬਣਾਉਣ ਲਈ ਫੁੱਲ ਲੈ ਲਵੋ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲਾਂ, ਸਤਾਰਾਂ, ਅਠਾਰਾਂ, ਉੱਨੀ, ਵੀਹ, ਇੱਕੀ, ਬਾਈ, ਤੇਈ, ਚੌਵੀ, ਪੱਚੀ। ਸ਼ਾਬਾਸ਼ ਪ੍ਰਭਜੋਤ ਬੇਟਾ, ਤਾਂ ਹੁਣ ਦੱਸੋ ਟੋਕਰੀ ਵਿੱਚ ਕਿੰਨੇ ਫੁੱਲ ਰਹਿ ਗਏ ਹਨ? ਸਰ ਹੁਣ ਟੋਕਰੀ ਵਿੱਚ ਕੋਈ ਵੀ ਫੁੱਲ ਨਹੀਂ ਰਹਿ ਗਿਆ, ਟੋਕਰੀ ਖਾਲੀ ਹੋ ਗਈ ਹੈ। ਸ਼ਾਬਾਸ਼ ਬੇਟਾ। ਸਿਮਰ ਬੇਟਾ ਹੁਣ ਤੁਸੀਂ ਦੱਸੋ ਕਿ 150 ਫੁੱਲਾਂ ਦੀਆਂ ਕਿੰਨੀਆਂ ਮਾਲਾ ਤਿਆਰ ਹੋਣਗੀਆਂ? ਸਰ 6 ਬੱਚਿਆਂ ਨੇ ਫੁੱਲ ਲਏ ਹਨ, ਇਸ ਲਈ 6 ਮਾਲਾ ਬਣਨਗੀਆਂ। ਸ਼ਾਬਾਸ਼ ਸਿਮਰ ਬੇਟਾ, ਹੁਣ ਤੁਸੀਂ ਸੰਖਿਆ 150 ਵਿੱਚੋਂ ਵਾਰ ਵਾਰ 25 ਨੂੰ ਘਟਾਇਆ ਹੈ। ਬੱਚਿਓ ਇੱਕ ਹੀ ਸੰਖਿਆ ਨੂੰ ਵਾਰ ਵਾਰ ਘਟਾ ਕੇ ਕਿਸੇ ਸੰਖਿਆ ਨੂੰ ਵੰਡਣ ਦੀ ਪ੍ਰਕਿਰਿਆ ਨੂੰ ਭਾਗ ਕਰਨਾ ਕਹਿੰਦੇ ਹਨ।
ਬੱਚਿਓ ਹੁਣ ਤੁਸੀਂ ਇਹਨਾਂ ਫੁੱਲਾਂ ਦੀਆਂ ਮਾਲਾਵਾਂ ਤਿਆਰ ਕਰੋ, ਉਸ ਤੋਂ ਬਾਅਦ ਆਪਣੀ ਜਮਾਤ ਵਿੱਚ ਜਾਓ। ਜੀ ਸਰ। ਬੱਚਿਓ ਹੁਣ ਅਸੀਂ ਭਾਗ ਕਰਨਾ ਸਿੱਖਾਂਗੇ। ਜੀ ਸਰ। ਬੱਚਿਓ ਕਿਉਂਕਿ ਸੰਖਿਆ 9406 ਵਿੱਚੋਂ ਵਾਰ ਵਾਰ 14 ਨੂੰ ਘਟਾਉਣਾ ਬਹੁਤ ਮੁਸ਼ਕਲ ਹੈ, ਇਸ ਲਈ ਇਸ ਨੂੰ ਭਾਗ ਵਿਧੀ ਰਾਹੀਂ ਹੱਲ ਕਰਾਂਗੇ। ਬੱਚਿਓ ਵਾਰ ਵਾਲੀ ਸੰਖਿਆ ਜਿਸ ਨਾਲ ਭਾਗ ਦਿੱਤੀ ਜਾਣੀ ਹੈ ਉਸ ਨੂੰ ਭਾਜਕ ਕਹਿੰਦੇ ਹਨ, ਅਤੇ ਜਿਸ ਸੰਖਿਆ ਨੂੰ ਵੰਡਿਆ ਜਾਣਾ ਹੈ ਉਸ ਨੂੰ ਭਾਜ ਕਹਿੰਦੇ ਹਨ। ਜੀ ਸਰ। ਬੱਚਿਓ ਹੁਣ 14 ਦਾ ਪਹਾੜਾ ਪੜਾਂਗੇ ਅਤੇ ਭਾਜ ਦੇ ਪਹਿਲੇ 2 ਅੰਕਾਂ ਨਾਲ ਬਣੀ ਸੰਖਿਆ 94 ਦੀ ਨੇੜਲੀ ਛੋਟੀ ਸੰਖਿਆ ਲੱਭਾਂਗੇ। ਤਾਂ ਪਹਾੜਾ ਇਸ ਤਰ੍ਹਾਂ ਹੈ, 14 × 14, 14 × 2 = 28, 14 × 3 = 42, 14 × 4 = 56, 14 × 5 = 70, 14 × 6 = 84, 14 × 7 = 98। ਕਿਉਂਕਿ 98 94 ਤੋਂ ਵੱਡਾ ਹੈ ਇਸ ਲਈ 14 × 6 = 84। ਠੀਕ ਹੈ, 6 ਨੂੰ ਅਸੀਂ ਭਾਜ ਦੇ ਸੱਜੇ ਪਾਸੇ ਵਾਲੇ ਖਾਨੇ ਵਿੱਚ ਲਿਖਾਂਗੇ। ਇਸ ਤੋਂ ਬਾਅਦ ਅਸੀਂ 94 ਵਿੱਚੋਂ 84 ਨੂੰ ਘਟਾਵਾਂਗੇ। ਬੱਚਿਓ ਭਲਾ ਘਟਾਉਣ ਤੇ ਕੀ ਆਵੇਗਾ? 10 ਆਵੇਗਾ। ਬਿਲਕੁਲ ਠੀਕ, 10 ਨੂੰ ਅਸੀਂ ਹੇਠਾਂ ਲਿਖਾਂਗੇ। ਬੱਚਿਓ ਅਸੀਂ ਭਾਜ ਦੇ ਅਗਲੇ ਅੰਕ ਭਾਵ 0 ਨੂੰ ਹੇਠਾਂ ਪ੍ਰਾਪਤ ਉੱਤਰ 10 ਦੇ ਸੱਜੇ ਪਾਸੇ ਲਿਖਾਂਗੇ। 14 ਦਾ ਪਹਾੜਾ ਉਦੋਂ ਤੱਕ ਪੜਾਂਗੇ ਜਦੋਂ ਤੱਕ ਸਾਨੂੰ 100 ਦੇ ਨੇੜਲੀ ਛੋਟੀ ਸੰਖਿਆ ਪ੍ਰਾਪਤ ਨਹੀਂ ਹੋ ਜਾਂਦੀ। ਇਸ ਤਰ੍ਹਾਂ ਸਾਨੂੰ 14 × 7 = 98 ਪ੍ਰਾਪਤ ਹੁੰਦਾ ਹੈ। ਅਸੀਂ 98 ਨੂੰ 100 ਦੇ ਹੇਠਾਂ ਲਿਖਾਂਗੇ ਅਤੇ 7 ਨੂੰ 6 ਦੇ ਸੱਜੇ ਪਾਸੇ ਲਿਖਾਂਗੇ। 100 ਵਿੱਚੋਂ 98 ਘਟਾਉਣ ਤੇ ਪ੍ਰਾਪਤ 2 ਨੂੰ ਅਸੀਂ ਹੇਠਾਂ ਲਿਖਾਂਗੇ। ਹੁਣ ਅਸੀਂ ਕੀ ਕਰਾਂਗੇ? ਹੁਣ ਅਸੀਂ ਅਗਲਾ ਅੰਕ 6 ਹੇਠਾਂ 2 ਦੇ ਸੱਜੇ ਪਾਸੇ ਲਿਖਾਂਗੇ। ਠੀਕ ਹੈ ਬੱਚਿਓ, 14 ਦਾ ਪਹਾੜਾ 26 ਦੀ ਨੇੜਲੀ ਛੋਟੀ ਸੰਖਿਆ ਪ੍ਰਾਪਤ ਹੋਣ ਤੱਕ ਪੜਾਂਗੇ। 14 × 14, ਹੁਣ ਅਸੀਂ 14 ਨੂੰ 26 ਦੇ ਹੇਠਾਂ ਲਿਖਾਂਗੇ ਅਤੇ 1 ਨੂੰ 67 ਦੇ ਸੱਜੇ ਪਾਸੇ ਲਿਖਾਂਗੇ। 26 ਵਿੱਚੋਂ 14 ਘਟਾਉਣ ਤੇ ਸਾਨੂੰ 12 ਪ੍ਰਾਪਤ ਹੁੰਦਾ ਹੈ ਜਿਸ ਨੂੰ ਅਸੀਂ ਹੇਠਾਂ ਲਿਖਾਂਗੇ, ਕਿਉਂਕਿ ਹੁਣ 12 14 ਨਾਲੋਂ ਛੋਟਾ ਹੈ ਅਤੇ ਭਾਜ ਦਾ ਕੋਈ ਵੀ ਅੰਕ ਬਾਕੀ
ਨਹੀਂ ਰਹਿ ਗਿਆ। ਇਸ ਲਈ ਹੁਣ ਭਾਗ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਭਾਗ ਕਰਨ ਤੇ ਸਾਨੂੰ ਜੋ ਉੱਤਰ 671 ਪ੍ਰਾਪਤ ਹੋਇਆ ਹੈ ਇਸ ਨੂੰ ਭਾਗਫਲ ਕਹਿੰਦੇ ਹਨ ਅਤੇ ਘਟਾਉਣ ਤੇ ਬਚਿਆ 12 ਬਾਕੀ ਕਹਾਉਂਦਾ ਹੈ। ਬੱਚਿਓ ਕੀ ਤੁਹਾਨੂੰ ਭਾਗ ਕਰਨ ਦੀ ਵਿਧੀ ਦਾ ਪਤਾ ਲੱਗ ਗਿਆ ਹੈ? ਜੀ ਸਰ। ਸ਼ਾਬਾਸ਼ ਬੱਚਿਓ।